ਅੱਜ ਪੇਸ਼ ਹੈ ਮਸ਼ਹੂਰ ਕਹਾਵਤ, ਕਹਾਂ ਰਾਜਾ ਭੋਜ ਕਹਾਂ ਗੰਗੂ ਤੇਲੀ। ਆਓ ਫਿਰ ਇਹਨੂੰ ਸਾਂਝਾ ਕਰੀਏ। ਕਹਾਂ ਰਾਜਾ ਭੋਜ ਕਹਾਂ ਗੰਗੂ ਤੇਲੀ, ਕਹਾਂ ਰਾਜਾ ਭੋਜ ਕਹਾਂ ਰਾਜਾ ਭੋਜ ਕਹਾਂ ਗੰਗੂ ਤੇਲੀ, ਕਹਾਂ ਰਾਜਾ ਭੋਜ ਕਹਾਂ ਗੰਗੂ ਤੇਲੀ, ਕਹਾਂ ਰਾਜਾ ਭੋਜ ਕਹਾਂ ਗੰਗੂ ਤੇਲੀ। ਅਸਲ ਵਿੱਚ ਇਹ ਕਹਾਵਤ ਦੇ ਅਰਥ ਅਸੀਂ ਅੱਜ ਕੱਲ੍ਹ ਕੁਝ ਹੋਰ ਕਰਦੇ ਹਾਂ, ਪਰੰਤੂ ਜੋ ਇਹਦੇ ਪਿਛਲੇ ਪਾਸੇ ਇੱਕ ਵੱਡੀ ਕਥਾ ਹੈ, ਕਹਾਣੀ ਹੈ, ਸਾਖੀ ਹੈ, ਉਹ ਇੰਜ ਹੈ। 11ਵੀਂ ਸਦੀ ਅੰਦਰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਕਰੀਬ 250 ਕਿਲੋਮੀਟਰ ਦੂਰ ਧਾਰ ਨਗਰੀ ਵਸਦੀ ਹੈ, ਅੱਜ ਕੱਲ੍ਹ ਜ਼ਿਲ੍ਹਾ ਵੀ ਹੈ। ਇਹਨੂੰ ਰਾਜਾ ਭੋਜ ਦੀ ਨਗਰੀ ਆਖਿਆ ਜਾਂਦਾ ਹੈ। ਰਾਜਾ ਭੋਜ ਮਾਲਵਾ ਅਤੇ ਮੱਧ ਭਾਰਤ ਦੇ ਰਾਜਾ ਹੋਏ ਨੇ ਅਤੇ ਰਾਜਾ ਭੋਜ ਜੀ ਸ਼ਾਸਤਰਾਂ ਅਤੇ ਸ਼ਾਸਤਰਾਂ ਦੇ ਵੀ ਵੱਡੇ ਗਿਆਤਾ ਮੰਨੇ ਗਏ ਨੇ। ਇਹਨਾਂ ਦੀਆਂ ਦੋ ਜਿਹੜੀਆਂ ਲਿਖਤਾਂ ਹਨ, ਸ਼ਾਲਬਦੀ ਮੱਠ ਅਤੇ ਰਾਜਸੂਏ ਮੰਦਪ, ਅੱਜ ਵੀ ਬਹੁਤ ਪ੍ਰਸਿੱਧ ਹਨ। ਇਹ ਕਹਾਵਤ ਵਿੱਚ ਜਿਹੜੇ ਗੰਗੂ ਅਤੇ ਤੇਲੀ ਦੀ ਗੱਲ ਕੀਤੀ ਜਾਂਦੀ ਹੈ, ਅਸਲ ਵਿੱਚ ਗੰਗੂ ਦਾ ਅਸਲੀ ਨਾਮ ਹੈ ਕਲ ਚੋਰੀ ਨਰੇਸ਼ ਗਾਂਗੇ, ਤੇਲੀ ਦਾ ਜਿਹੜਾ ਨਾਮ ਹੈ ਅਸਲੀ ਉਹ ਹੈ ਚਾਲੂ ਕੈ ਨਰੇਸ਼ ਤੈਲੰਗ। ਇੱਕ ਵਾਰ ਗਾਂਗੇ ਅਤੇ ਤੈਲੰਗ ਨੇ ਮਿਲ ਕਰਕੇ ਆਪਣੀਆਂ ਫੌਜਾਂ ਦੁਆਰਾ ਰਾਜਾ ਭੋਜ ਦੇ ਉੱਤੇ ਹਮਲਾ ਕੀਤਾ ਅਤੇ ਉਹਦੇ ਵਿੱਚ ਫਿਰ ਰਾਜੇ ਗਾਂਗੇ ਅਤੇ ਤੇਲੰਗ ਦੀ ਹਾਰ ਹੋ ਜਾਂਦੀ ਹੈ, ਨਮੋਸ਼ੀਜਨਕ ਹਾਰ। ਅਤੇ ਫਿਰ ਉਹਨਾਂ ਦਾ ਹਾਸਾ ਉਡਾਉਂਦਿਆਂ, ਉਹਨਾਂ ਦਾ ਮਖੌਲ ਉਡਾਉਂਦਿਆਂ, ਫਿਰ ਰਾਜਾ ਭੋਜ ਦੇ ਜਿਹੜੇ ਵਾਸੀ ਸਨ ਉਹ ਆਖਦੇ ਸਨ ਕਿ ਕਿੱਥੇ ਰਾਜਾ ਭੋਜ ਆ ਅਤੇ ਕਿੱਥੇ ਆ ਗੰਗੂ ਅਤੇ ਤੇਲੀ ਨੇ। ਇਹ ਕਹਾਵਤ ਇਸ ਤਰ੍ਹਾਂ ਦੇ ਨਾਲ ਮਸ਼ਹੂਰ ਹੋ ਗਈ। ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।